ਸਤਿ ਸ਼੍ਰੀ ਅਕਾਲ ਜੀ, ਚੈਨਲ 'ਤੇ ਆਏ ਵੀਰਾਂ ਨੂੰ ਅੱਜ ਤੁਹਾਨੂੰ ਦਿਖਾਉਣੇ ਹਾਂ ਜੀ ਸਸਤੇ ਤੋਂ ਸਸਤੇ ਟੂਲ ਬਿੱਟ ਅਤੇ ਸਮਾਨ ਜਿਹੜਾ ਮੰਨ ਲਓ ਟੂਲਸ ਦੇ ਨਾਲ ਵਰਤਿਆ ਜਾਂਦਾ। ਆਹ ਮਿਸਟਰ ਡਾਈ ਵਾਲੇ ਹਰੇਕ ਸ਼ਹਿਰ ਦੇ ਵਿੱਚ ਹੀ ਹੁਣ ਤਾਂ ਖੁੱਲ੍ਹ ਰਹੇ ਆ ਸ਼ੋਰੂਮ ਜੀ। ਅਤੇ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆਏ ਆ ਜੀ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਜਿਹੜੇ ਮੇਰੇ ਪੁਰਾਣੇ ਆ ਜੀ ਉਹ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ। ਆਹ ਤੁਹਾਨੂੰ ਦਿਖਾਉਣੇ ਆਪਾਂ ਇੱਕ ਸਮਾਨ ਜਿਹੜਾ ਆਪਾਂ ਲੈ ਕੇ ਆਏ ਹਾਂ ਪਹਿਲਾਂ। ਮੈਨੂੰ ਬੜੀਆਂ ਸਸਤੀਆਂ ਲੱਗੀਆਂ, ਬਟ ਬਿੱਲ 'ਤੇ ਦਿਖਾ ਦਿੰਦਾ। ਆਹ ਲਾ ਲਓ ਜੀ 8 ਨੰਬਰ ਦਾ ਮੈਗਨੇਟ ਵਾਲੀ ਗੋਟੀ ਦੇ ਖੋਲ੍ਹਣ ਵਾਲੇ ਦੋ ਪੀਸ। ਇਹਦਾ ਪ੍ਰਿੰਟ ਹੈਗਾ 83 ਰੁਪਏ ਦਿੱਤੀ ਹੈ ਜੀ, 16 ਰੁਪਈਆਂ ਦੀ। ਆਹ ਦੋ ਪੀਸ 16 ਰੁਪਈਆਂ ਦੇ ਹੈ। ਆਹ 19 ਰੁਪਈਆਂ ਦੇ ਦੋ ਪੀਸ, ਪ੍ਰਿੰਟ 95 ਹੈ। ਚਲੋ ਵੈਸੇ ਵੀ ਆਪਾਂ ਤਾਂ ਇੱਧਰ ਵੇਖੀਏ, ਪ੍ਰਿੰਟ ਵੇਖਣ ਦਾ ਆਪਣਾ ਮਤਲਬ ਹੀ ਨਹੀਂ ਬਣਦਾ। ਦੋ ਮੈਗਨੇਟ ਵਾਲੀਆਂ 10 ਨੰਬਰ ਦੀਆਂ ਗੋਟੀਆਂ ਜੀ, ਨਟ ਖਸਣ ਵਾਲੀਆਂ ਜਿਹੜੀਆਂ ਸਿੱਧੀਆਂ ਡਰਿੱਲ 'ਚ ਪੈਂਦੀਆਂ ਹੁੰਦੀਆਂ, ਅਤੇ ਇਹ 19 ਰੁਪਈਆਂ ਦੀਆਂ ਜੀ। ਆਹ ਮੋਬਾਈਲ ਖੋਲ੍ਹਣ ਵਾਲਾ ਪੇਜ ਕਾਸੇ, ਵੈਸੇ ਮੈਨੂੰ ਲੋੜ ਸੀਗੀ, ਅਤੇ ਇਹ ਮਿਲਿਆ ਜੀ ਇੱਥੋਂ 170 ਰੁਪਈਆਂ ਦਾ। ਆਹ ਪੇਜ ਕਾਸ ਦਾ ਇੱਕ ਸੈੱਟ ਮਿਲਿਆ ਜੀ 70 ਰੁਪਈਆਂ ਦਾ ਇਕੱਲਿਆਂ ਦਾ। ਅਤੇ ਆਹ ਗੇਟ ਵਾਲ ਮਿਲਿਆ ਜੀ 130 ਰੁਪਈਆਂ ਦਾ। ਆਹ ਡਰਿੱਲ ਬਿੱਟ ਮਿਲੀ ਆ 6 mm ਦੀ ਜੀ, 19 ਰੁਪਈਆਂ ਦੀ। ਅਤੇ ਆਹ ਆਪਣੇ ਕੋਪਰ ਦੀਆਂ ਤਾਰਾਂ ਵਾਲੇ, ਮਤਲਬ ਬੈਲਟ ਸਾਫ ਕਰਨ ਵਾਲੇ ਅਤੇ ਜਾਂ ਊ ਮਾਰਨੇ ਡਰਿੱਲ 'ਚ ਬੰਨ ਕੇ ਵਾਲੇ, ਆਹ ਮਿਲੇ ਆ ਸ਼ਾਇਦ 63 ਰੁਪਈਆਂ ਦੇ। ਅਤੇ ਇੱਕ ਮਿਲੇ ਆ ਜੀ ਆਹ ਵਾਲੇ, ਇਹ 73 ਰੁਪਈਆਂ ਦੇ। ਬੜਾ ਸਸਤਾ ਮੇਲਾ ਲੱਗਿਆ ਜੀ ਇਹ। ਅਤੇ ਆਹ ਇੰਨੀਆਂ ਸਾਰੀਆਂ ਗਲਿਊ ਸਟਿੱਕਾਂ 5 ਇਹ ਦਿੱਤੀਆਂ 47 ਰੁਪਈਆਂ ਨੇ, ਆਪਣਾ ਫੌਜੀ ਵੀਰ ਗਿਆ ਤਾਂ ਲਿਆਂਦੀਆਂ 70 ਰੁਪਈਆ ਪ੍ਰਿੰਟ ਆ, 47 ਦੀਆਂ ਦਿੱਤੀਆਂ ਜੀ ਇਹਨਾਂ ਨੇ। ਇੱਕ ਆ ਵੈਲਡਿੰਗ ਵਾਲਾ ਮੈਗਨੇਟ, ਆਪਣਾ ਪਿਛਲਾ ਪੁਰਾਣਾ ਗੁਆਚ ਗਿਆ ਸੀਗਾ, ਇਹ ਲਿਆਂਦਾ ਜੀ। ਇਹ ਸੀਗਾ ਉੱਤੇ ਪ੍ਰਿੰਟ 290 ਰੁਪਈਏ ਦਿੱਤਾ, 150 ਰੁਪਈਏ ਦਾ। ਅਤੇ ਹੋਰ ਵੀ ਨਿੱਕਾ ਨਿੱਕਾ, ਆਹ ਤਾਂ ਮੈਂ ਕਾਫੀ ਲਿਆਂਦੇ ਆ ਪੀਸ, ਕਿਉਂਕਿ ਆਪਾਂ ਨੂੰ ਚਾਹੀਦੇ ਰਹਿੰਦੇ ਆ। ਅਤੇ ਇੱਕ ਆ ਦੂਜੀ ਮਸ਼ੀਨ ਦੀ ਡਰਿੱਲ ਦਾ ਬਿੱਟ ਮਿਲੀ 19 ਰੁਪਈਆਂ ਦੀ, ਵਾਲ ਵਾਲੀ ਦੀ, ਕੰਧ ਵਾਲੀ ਦੀ, ਇਹ ਵੀ ਲੋਡ ਸੀਗੀ ਛੋਟੀ ਦੀ। ਅਤੇ ਕਾਫੀ ਸਮਾਨ ਲਿਆ ਜੀ, ਸਾਰਾ ਮੰਨ ਲੱਗਦਾ 900 ਰੁਪਈਏ ਕਿ 1000 ਰੁਪਈਏ ਦਾ ਸਮਾਨ ਹੈ, ਅਤੇ ਬੜਾ ਸਸਤਾ ਸਮਾਨ ਇਹਨਾਂ ਦਾ ਜੀ। ਮੈਂ ਦਿਖਾਉਣ ਵਾਲੀ ਰਹਿ ਗਈ ਸੀ ਛੋਟੀ ਸੰਨੀ, ਇਹ ਦਿੱਤੀ ਹੈ ਜੀ ਇਹਨਾਂ ਨੇ 20 ਰੁਪਈਆਂ ਦੀ ਸ਼ਾਇਦ। ਹਾਂਜੀ ਇੰਨੇ ਕੁ ਦਿੱਤੀ ਹੈ, 21 ਰੁਪਈਆਂ ਦੀ। ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਬਾਈ ਜੀ ਇਹਨਾਂ ਦੇ ਜਿੰਨੇ ਕੁ ਨਿੱਕੇ ਮੋਟੇ ਟੂਲਸ ਟੰਗੇ ਪਏ ਆ ਜਿਹੜੇ ਆਪਣੇ ਕੰਮ ਦੇ ਹੈਗੇ ਆ। ਆਹ 10 ਨੰਬਰ ਵਾਲੀਆਂ ਗੋਟੀਆਂ ਜੀ, ਇਹ 21 ਰੁਪਈਆਂ ਦੀਆਂ। 8 ਨੰਬਰ ਵਾਲੀਆਂ 17 ਦੀਆਂ, ਕੁਛ 19 ਦੀਆਂ। ਮੋਬਾਈਲਾਂ ਵਾਲੇ ਪੇਚਕਾਸ ਪਏ ਆ ਜੀ, ਐਲਨ ਕੀ ਸੈੱਟ ਪਏ ਆ, ਛੋਟੀਆਂ ਗੋਟੀਆਂ ਪਈਆਂ, ਡਰਿੱਲ ਬਿੱਟਾਂ ਦੇ ਸੈੱਟ ਪਏ ਆ। ਬੜਾ ਨਿੱਕਾ ਨਿੱਕਾ ਸਮਾਨ ਹੈ, ਲੱਕੜ ਵਾਲੀਆਂ ਡਰਿੱਲਾਂ ਪਈਆਂ ਜੀ, ਅਤੇ ਵਾਲ ਹੈਮਰ ਡਰਿੱਲ ਦੇ ਵਰਮੇ ਪਏ ਆ, ਅਤੇ ਛੋਟੇ ਛੋਟੇ ਨਾਲ ਪੇਚਕਾਸਾਂ ਵਾਲੇ ਸੈੱਟ ਪਏ ਆ। ਸਾਰਾ ਸਮਾਨ ਇਹਨਾਂ ਕੋਲ ਪਿਆ, ਇਹਨਾਂ ਦਾ ਰੇਟ ਬੜਾ ਜਾਇਜ਼ ਹੈ। ਕਈ ਕਈ ਚੀਜ਼ਾਂ ਦਾ ਤਾਂ ਜਲ ਜ਼ਿਆਦਾ ਵੀ ਹੈਗਾ, ਬਟ ਜ਼ਿਆਦਾ ਸਮਾਨ ਸਸਤਾ ਹੀ ਹੈ। ਅਤੇ ਕੁੰਡੀਆਂ ਵਗੈਰਾ ਸਾਰਾ ਸਮਾਨ, ਟੋਟਲ ਸਮਾਨ ਹੀ ਪਿਆ ਇੱਥੇ। ਅੱਗੇ ਦੀ ਅੱਗੇ ਦੇਖੀ ਚੱਲੋ, ਛੋਟਾ ਛੋਟਾ ਸਮਾਨ ਜੀ ਕਾਫੀ ਪਿਆ, ਚੰਗੀ ਤਰ੍ਹਾਂ ਮਸਲੋ ਕਰਕੇ ਦਿਖਾਇਆ ਵੈਸੇ ਸਮਾਨ। ਆਹ ਸਕਰੂ ਵਗੈਰਾ ਪਏ ਹੈ, ਆਹ ਵਾਲੇ ਆਪਣੇ ਪਿੱਤਲ ਵਾਲੇ ਉਹ ਪਏ ਹੈ ਜੀ 45 ਰੁਪਈਆਂ ਦੇ, ਇੱਧਰਲੇ ਪਏ ਹੈ
69 ਰੁਪਈਆਂ ਦੇ। ਆਹ ਲੱਕੜ ਵਾਲਾ ਵਰਮਾ ਪਿਆ ਜੀ, ਅਤੇ ਹੋਰ ਛੋਟਾ ਛੋਟਾ ਸਮਾਨ ਆ, ਜਿਵੇਂ ਮੰਨ ਲਓ ਸਾਰਾ ਸਮਾਨ ਇਹਨਾਂ ਕੋਲ ਅਵੇਲੇਬਲ ਹੁੰਦਾ। ਅਤੇ ਉਹ ਕੰਨੀ 'ਤੇ ਆਪਣਾ ਮੈਗਨੇਟ ਵਾਲਾ ਵੈਲਡਿੰਗ ਵਾਲਾ ਮੈਗਨੇਟ ਪਿਆ 90 ਕੋਣ ਵਾਲਾ। ਬਾਕੀ ਕਈ ਸਮਾਨ ਤਾਂ ਜੀ ਵਾਹਵਾ ਸਸਤੇ ਆ ਅਤੇ ਕਈ ਮਹਿੰਗੇ ਵੀ ਹੈ। ਅਤੇ ਬਾਕੀ ਮਿਸਟਰ ਡਾਈ ਵਾਲਿਆਂ ਦੇ ਇਹਨਾਂ ਦਾ ਜੀ ਸਿਸਟਮ ਹਰੇਕ ਸ਼ਹਿਰ ਦੇ ਵਿੱਚ ਖੁੱਲ੍ਹ ਹੀ ਰਿਹਾ ਹੁਣ ਤਾਂ। ਅਤੇ ਬਠਿੰਡੇ 2 ਹੋ ਗਏ ਹੈ ਅਤੇ ਭੁੱਚੋ 1 ਹੈ ਜੀ ਇਹ। ਕਈ ਚੀਜ਼ਾਂ ਤਾਂ ਬੜੀਆਂ ਸਸਤੀਆਂ, ਜਿਵੇਂ ਨਟ ਬਟਨ ਵਾਲੀ ਸੰਨੀ ਜੀ ਹੁੰਦੀ ਹੈ, ਮੇਖਾਂ ਬਟਨ ਵਾਲੀ 29 ਰੁਪਈਆਂ ਦੀ ਮਿਲ ਰਹੀ ਹੈ। 29 ਰੁਪਈਆਂ ਦੀ ਕਿਸੇ ਲੋਟ ਵੀ ਨਹੀਂ, ਮੰਨ ਲਓ ਕਿਤੇ ਵੀ ਨਹੀਂ ਮਿਲਦੀ ਹੈਗੀ। ਅਤੇ ਜਿਵੇਂ ਆਹ ਪਲਾਸ ਵਗੈਰਾ ਪਏ ਹੈ ਜੀ, 101 ਰੁਪਈਏ ਦਾ ਪਲਾਸ ਦਿੰਦੇ ਪਏ ਹੈ। ਅਤੇ ਮਟੀਰੀਅਲ ਵੀ ਵਧੀਆ ਲੱਗਿਆ ਹੋਇਆ। ਅਤੇ ਜਿਵੇਂ ਚਾਬੀਆਂ ਪਈਆਂ ਜੀ, ਤਾਂ ਚਾਬੀਆਂ ਪਾਉਣੇ। ਅਤੇ ਸਾਰਾ ਸਮਾਨ ਮੰਨ ਲਓ ਵੀ ਇਹਨਾਂ ਕੋਲ ਅਵੇਲੇਬਲ ਹੈਗਾ। ਕੋਈ ਬੈਲਟ ਦੇ ਵਿੱਚ ਮੰਨ ਲਓ ਮੋਰੀਆਂ ਕੱਢਣ ਵਾਲੀ ਡਾਈ, ਅਤੇ ਪੇਚਕਾਸ ਵਗੈਰਾ, ਆਹ ਲੱਕੜ ਦੇ ਪੇਚਕਾਸ ਅਤੇ ਉਹ ਪਲਾਸਟਿਕ ਦੇ ਵਿੱਚ ਹਰੇਕ ਡਾਇਮੀਟਰ ਦੀ ਮੋਰੀ ਕੱਢਣ ਵਾਲਾ ਵਰਮਾ, ਟੋਕਰੀ ਲੈ ਕੇ ਪੇਚਕਾਸ ਵਗੈਰਾ 100 ਰੁਪਏ ਦੀ ਰੇਂਜ ਵੀ ਹੈਗੀ ਹੈ। ਪੇਚਕਾਸ 'ਤੇ 70-65 ਰੁਪਏ ਦੀ ਰੇਂਜ ਵੀ ਹੈਗੀ ਹੈ। ਅਤੇ ਕਾਫੀ ਸਮਾਨ ਹੈ ਜੀ ਜਿਹੜਾ ਨਿੱਕਾ ਹੈਗਾ। ਅਤੇ ਮੇਰੀ ਰਾਏ ਆ ਵੀ ਹਰੇਕ ਬੰਦੇ ਨੂੰ ਇੱਕ ਵਾਰੀ ਜਾ ਕੇ ਵੇਖਣਾ ਚਾਹੀਦਾ, ਕਿਉਂਕਿ ਕੰਮ ਦਾ ਸਮਾਨ ਬੜਾ ਹੁੰਦਾ ਕਈ ਵਾਰੀ। ਅਤੇ ਇਹਨਾਂ ਨੇ ਕਿਹੜਾ ਆਪਣੇ ਹੱਥ ਬੰਨੇ ਆ ਵੀ ਜੀ ਲੈ ਕੇ ਜਾਓ, ਜੇ ਪਸੰਦ ਆਉਂਦੀ ਆ ਤਾਂ ਲੈ ਲਓ, ਨਹੀਂ ਪਸੰਦ ਆਉਂਦੀ ਤਾਂ ਨਾ ਲਓ ਜੀ। ਅਤੇ ਜਿਵੇਂ ਆ ਸਾਰੇ ਪਲਾਸ ਪਏ 101 ਰੁਪਈਏ ਦੇ ਆ ਪਲਾਸ, ਅਤੇ ਲੌਂਗ ਨੋਜ਼ ਵਾਲਾ 165 ਰੁਪਈਆਂ ਦਾ, ਅਤੇ 91 ਰੁਪਈਆਂ ਦਾ ਜੀ ਜਿਹੜਾ ਛੋਟਾ ਕਟਰ ਹੁੰਦਾ, ਜਿਵੇਂ ਗੋਲਡ ਕਟਰ ਹੁੰਦਾ ਉੱਦਾਂ ਦਾ। ਮੈਂ ਉਹ ਨਟ ਕਸਣ ਵਾਲੀਆਂ ਮੈਗਨੇਟ ਵਾਲੀਆਂ 8 ਨੰਬਰ ਦੀਆਂ ਅਤੇ 10 ਨੰਬਰ ਦੀਆਂ ਜੀ ਪਹਿਲਾਂ ਵੀ ਲੈ ਕੇ ਗਿਆ ਸੀਗਾ, ਅਤੇ ਉਹ ਆਪਣਾ ਮੰਨ ਲਓ ਇੱਕ ਪ੍ਰੋਜੈਕਟ ਦੇ ਵਿੱਚ ਲੱਗ ਜਾਂਦੀਆਂ, ਵੱਢ ਕੇ ਵੈਲਡ ਕਰ ਲਈ ਦੀਆਂ, ਅਤੇ ਉੱਥੇ ਕੰਮ ਆ ਜਾਂਦੀਆਂ, ਬੜੀਆਂ ਸਸਤੀਆਂ ਪੈਂਦੀਆਂ ਇੱਥੋਂ। ਅਤੇ ਤਾਂ ਮੈਂ ਉਹ ਲੈਣ ਆਇਆ ਸੀ, ਕੱਲ੍ਹੀਆਂ ਨਾਲ ਨਿੱਕਾ ਨਿੱਕਾ ਸਮਾਨ ਹੋਰ ਲੈ ਲਿਆ। ਫਿਰ ਮੇਰਾ ਮਨ ਬਣਿਆ ਜੀ ਵੀਡੀਓ ਬਣਾ ਦਿਆਂ, ਅਤੇ ਆਪਣੇ ਸਾਰੇ ਵੀਰ ਵੀ ਦੇਖ ਲੈਣ ਵੀ ਕਈ ਚੀਜ਼ਾਂ ਦਾ ਮੰਨ ਲਓ ਵੀ ਨਹੀਂ ਪਤਾ ਹੁੰਦਾ ਕਈਆਂ ਨੂੰ, ਅਤੇ ਇਹਦੇ ਨਾਲ ਪਤਾ ਲੱਗ ਜਾਂਦਾ। ਜਿਵੇਂ ਆਹ 10 ਨੰਬਰ ਦੀ ਆਹ ਚੀਜ਼ ਲੈਣ ਆਇਆ ਸੀ ਮੈਂ ਖਾਸ ਕਰਕੇ, 21 ਰੁਪਈਆਂ ਦੀ ਹੈ ਜੀ, 10 ਰੁਪਏ 10 ਨੰਬਰ ਵਾਲੀਆਂ 2, ਅਤੇ 8 ਨੰਬਰ ਵਾਲੀਆਂ 2 19 ਰੁਪਈਆਂ ਦੀਆਂ, ਅਤੇ ਆ 42 ਵਾਲੀਆਂ ਦੀ ਇਹਨਾਂ ਦੀ ਸ਼ੇਪ ਥੋੜ੍ਹੀ ਜਿਹੀ ਹੋਰ ਹੈ ਵੀ 8 ਨੰਬਰ 'ਚ ਹੈ, ਅਤੇ 17 ਰੁਪਈਆਂ ਦੀਆਂ 2 ਹੈ ਜੀ। ਅਤੇ ਬਾਕੀ ਬਿੱਲ ਲੱਗਣ ਵੇਲੇ ਵੀ ਇਹਨਾਂ ਦਾ ਕੋਈ 2 ਰੁਪਈਏ ਰੇਟ ਘਟਾ ਦਿੰਦੇ ਆ, ਅਤੇ ਉਹ ਨਹੀਂ ਮੈਨੂੰ ਪ੍ਰੋਸੀਜਰ ਸਮਝ ਆਇਆ ਵੀ ਕਾਹਦੇ ਨਾਲ ਇਹ ਸਸਤੀ ਕਰ ਦਿੰਦੇ ਆ ਚੀਜ਼। ਅਤੇ ਹੋਰ ਵੀ ਕਾਫੀ ਸਮਾਨ ਹੈ ਨਿੱਕਾ ਨਿੱਕਾ, ਤੁਹਾਨੂੰ ਹੋਰ ਵੀ ਦੂਜੀਆਂ ਸ਼ੈਲਫਾਂ 'ਚ ਵੀ ਮੈਂ ਗੇੜਾ ਦਵਾਉਣਾ। ਅਤੇ ਜਿਵੇਂ ਆਹ ਪਾਨਾ ਪਿਆ ਜੀ 99 ਰੁਪਈਆਂ ਦੇ ਵਿੱਚ, ਇਹ ਪਾਨਾ ਕੋਈ ਮਾੜਾ ਨਹੀਂ, ਚਾਬੀ ਪਾਨਾ ਨਾਲੇ ਗੋਟੀ ਹੈ ਅਤੇ ਨਾਲੇ ਪਾਨਾ ਨਾਲ, ਕੋਈ ਮਾੜਾ ਨਹੀਂ ਗਾ ਜੀ ਇਹ ਇਸ ਮੁੱਲ 'ਚ, ਕਿਉਂਕਿ ਇਕੱਲੀ ਗੋਟੀ ਲੈਣ ਜਾ ਉਹ 60-70 ਰੁਪਈਆਂ ਦੀ ਦਿੰਦੇ ਆ। ਆਹ ਪਲਾਸ ਦਾ ਮਟੀਰੀਅਲ ਦੇਖੋ, ਨਾਲੇ ਪ੍ਰਿੰਟ ਵੇਖੋ ਜੀ ਇਹਦਾ, ਇਹ ਦਿੰਦੇ 101 ਰੁਪਈਏ ਦਾ ਪਲਾਸ ਦਾ ਪ੍ਰਿੰਟ ਹੈਗਾ, 165 ਰੁਪਈਏ। ਇੱਕ ਤੁਹਾਨੂੰ ਡਰਿੱਲ ਬਿੱਟਾਂ ਦਿਖਾਉਣਾ ਜੀ, ਹੈਮਰ ਦੀਆਂ ਕੰਧ ਵਾਲੇ ਵਰਮੇ ਆ ਜਿਨ੍ਹਾਂ ਨੂੰ ਆਪਾਂ ਆਖ ਦਿੰਦੇ ਹਾਂ, ਅਤੇ ਇਹਨਾਂ ਦਾ ਵੀ ਕਾਫੀ ਰੇਟ ਸਸਤਾ ਹੈਗਾ ਅਤੇ ਕਾਫੀ ਸਸਤੀਆਂ ਨੇ। ਆਹ 27 ਰੁਪਈਆਂ ਦੀ ਅਤੇ ਆ 23 ਰੁਪਈਆਂ ਦੀ ਇਹ ਡਰਿੱਲ ਬਿੱਟ, ਇਹ ਮਤਲਬ ਵਾਲ ਹੈਮਰ ਦੀਆਂ ਹੈਗੀਆਂ। ਅਤੇ ਆਹ ਦੂਜੀ ਆਪਣੇ ਵਾਲੀ ਹੈਮਰ ਦੀ ਹੈ ਵਰਮੇ ਦੀ, ਆਮ ਦੀ 6 mm ਦਾ ਵਰਮਾ ਹੈ ਅਤੇ 20 ਰੁਪਏ ਦਾ ਸ਼ਾਇਦ ਇਹ। ਅਤੇ ਬਾਕੀ ਇੱਧਰ ਆਪਣਾ ਫੌਜੀ ਗਾਹ ਪਾਈ ਜਾਂਦਾ, ਇੱਧਰ ਕੋਈ ਗਲੂ ਸਟਿੱਕਾਂ ਪਈਆਂ ਜਿਵੇਂ 47 ਰੁਪਈਆਂ ਦੀਆਂ ਜਿਹੜੀਆਂ ਆਪਾਂ ਲਈਆਂ ਹੈਗੀਆਂ,
ਅਤੇ ਹੋਰ ਵੀ ਕਾਫੀ ਤਰ੍ਹਾਂ ਦੀਆਂ ਗਲੂਆਂ ਹੈਗੀਆਂ ਜਿਹੜੀਆਂ ਇੱਥੋਂ ਮਿਲ ਜਾਂਦੀਆਂ, ਜਿਨ੍ਹਾਂ ਨੂੰ ਸੁਪਰ ਗਲੂ ਕਿਹਾ ਜਾਂਦਾ। ਅਤੇ ਹੋਰ ਵੀ ਸ਼ੈਲਫਾਂ 'ਤੇ ਤੁਹਾਨੂੰ ਗੇੜਾ ਮਰਾਉਣਾ ਵੀ ਬੜਾ ਨਿੱਕਾ ਨਿੱਕਾ ਜਿਵੇਂ ਇੱਧਰ ਟਾਈਆਂ ਵਗੈਰਾ ਲੋਕ ਪਏ ਹੈ ਜੀ ਅੱਗੇ, ਅਤੇ ਕਾਫੀ ਸਮਾਨ ਹੈ ਛੋਟਾ ਛੋਟਾ, ਥੱਲੇ ਗਲਵਸ ਪਏ ਆ, ਵੈਲਡਿੰਗ ਗਲਵਸ ਪਏ ਆ, ਅਤੇ ਨੀਚੇ ਦਰਾਰੀਆਂ ਪਈਆਂ ਜੀ ਸਪੈਸ਼ਲ ਜੀਆਂ ਆ ਰਹੀਆਂ ਵੱਖਰੇ ਜਿਹੇ ਦੰਦੇ ਇਹਨਾਂ 'ਤੇ, ਅਤੇ ਨਾਲ ਆਹ ਤੋਤਾ ਚਾਬੀ ਪਈ ਹੈ ਜਿਹੜੀ ਹਰੇਕ ਨੰਬਰ ਨੂੰ ਲੱਗ ਜਾਂਦੀ ਆ। ਬਾਕੀ ਤੁਹਾਨੂੰ ਅੱਗੇ ਹੋਰ ਸ਼ੈਲਫਾਂ 'ਚ ਵੀ ਗੇੜਾ ਮਰਾਉਣਾ, ਕਾਫੀ ਸਮਾਨ ਆ ਹੋਰ ਸ਼ੈਲਫਾਂ ਦੇ ਵਿੱਚ ਵੀ ਵੱਖੋ ਵੱਖਰਾ। ਇਹ ਥੋੜ੍ਹਾ ਟੂਲਸ ਵਾਲਾ ਸ਼ੈਲਫ ਜਿਹਾ ਸੀਗੇ ਤਾਂ ਮੈਂ ਪਹਿਲਾਂ ਵੀ ਕਵਰ ਕੀਤਾ ਗਾ, ਅਤੇ ਇਹ 'ਚੋਂ ਆਪਾਂ ਸਮਾਨ ਲੈਣਾ ਵੀ ਸੀਗਾ, ਜਿਵੇਂ ਕਿ ਇੱਧਰ ਟੂਟੀਆਂ ਪਈਆਂ ਜੀ, ਪੁਆਰੇ ਪਏ ਆ ਜਿਹੜੇ ਮੰਨ ਲਓ ਵਾਸ਼ ਵਿਸ਼ਨ ਨੂੰ ਲੱਗਦੇ ਆ, ਜਾਂ ਬਾਹਰ ਗਾਰਡਨਿੰਗ ਵਾਲੇ ਪੁਆਰੇ ਪਏ ਆ, ਅਤੇ ਮਸ਼ੀਨਾਂ ਦੀਆਂ ਪਾਈਪਾਂ ਪਈਆਂ, ਵਾਸ਼ ਵਿਸ਼ਨ ਦੀਆਂ ਪਾਈਪਾਂ ਪਈਆਂ, ਇੱਧਰ ਜਿਹੜੀਆਂ ਪਲਾਸਟਿਕ ਦੀਆਂ ਟੂਟੀਆਂ ਪਈਆਂ, ਅਤੇ ਆਹ ਵਾਸ਼ ਵਿਸ਼ਨ ਵਾਲੀਆਂ ਟੂਟੀਆਂ ਪਈਆਂ। ਇੱਕ ਪੁਆਰੇ ਆ ਜੀ ਸਪੈਸ਼ਲ ਜੇ ਜਿਹੜੇ ਆਪਣੇ ਲੱਗਦੇ ਆ, ਅਤੇ ਟੂਟੀ ਦਾ ਰੇਟ ਬੜਾ ਜਾਇਜ਼ ਜਿਹਾ ਲੱਗਿਆ ਜੀ, 350 ਰੁਪਏ ਦੀ ਟੂਟੀ ਆ ਸਾਰੀ, ਜਿਹੜੀ ਮੰਨ ਲਓ ਸ਼ੈਂਕ ਦੇ ਉੱਪਰ ਲੱਗਦੀ ਹੈ। ਅਤੇ ਇੱਧਰ ਮਲਟੀਮੀਟਰ ਪਏ ਆ ਜੀ, ਅਤੇ ਇਹਨਾਂ ਦਾ ਰੇਟ ਤਾਂ ਠੀਕ ਆ, ਪੂਰਾ ਹੀ ਲਾਇਆ ਪਿਆ। ਅਤੇ ਇੱਧਰ ਨੂੰ ਸਾਈਕਲਾਂ ਦਾ ਸਮਾਨ ਪਿਆ ਜੀ, ਕੋਈ ਪੰਪ ਵਗੈਰਾ ਅਤੇ ਹੋਰ ਚੀਜ਼ਾਂ, ਅਤੇ ਇੱਧਰ ਸੈਂਟ ਵਗੈਰਾ ਪਏ ਕਾਰਾਂ ਵਾਲੇ, ਜਿਹੜੇ ਫਰੈਗਨੈਂਸ ਵਾਲੇ ਕਾਰਾਂ 'ਚ ਰੱਖਦੇ ਹਾਂ। ਅਤੇ ਇੱਧਰ ਕਾਰ ਵਾਲਾ ਸਮਾਨ ਥੋੜ੍ਹਾ ਜਿਹਾ, ਕੋਈ ਫੋਨ ਹੋਲਡਰ ਹੈ ਜਾਂ ਇੱਦਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਸ਼ੈਲਫਾਂ 'ਤੇ। ਅਤੇ ਆਹ ਪੈਂਚਰ ਕਿੱਟਾਂ ਪਈਆਂ ਜੀ, ਟਾਇਰ ਟਿਊਬਲੈਸ ਟਾਇਰ ਦੀਆਂ ਪੈਂਚਰ ਕਿੱਟਾਂ ਪਈਆਂ, ਅਤੇ 125 ਰੁਪਈਆਂ ਦੀ ਕਿੱਟ ਦਿੰਦੇ ਆ ਟਿਊਬਲੈਸ ਟਾਇਰ ਨੂੰ ਪੈਂਚਰ ਲਾਉਣ ਵਾਲੀ। ਅਤੇ ਹੋਰ ਵੀ ਸਮਾਨ ਹੈ, ਯੋਗਾ ਵਾਲੇ ਮੈਟ ਪਏ ਆ, ਅਤੇ ਆਪਣਾ ਬਾਈ ਲੌਂਕਿਆ ਪਿਆ ਗਿਆ ਜੀ ਸਾਈਕਲ ਨੂੰ ਲੌਕ 'ਤੇ, ਸਾਈਕਲ ਨੂੰ ਲੱਗਣ ਵਾਲੇ ਲੌਕ ਨੂੰ ਉਹ ਚੱਕ ਲਿਆ ਕਹਿੰਦੇ ਪਲਿਆ ਟੋਕਰੀ ਜਾਂਦਾ ਲੈ ਕੇ ਜਾਣਾ। ਹੋਰ ਵੀ ਨਿੱਕਾ ਨਿੱਕਾ ਸਮਾਨ ਜਿਵੇਂ ਪੰਪ ਵਗੈਰਾ ਪਏ ਆ, ਡਿਸਪੋਜ ਪਲਾਸਟਿਕ ਵਾਲੇ ਵੀ ਪਏ ਆ, ਲੋਹੇ ਵਾਲੇ ਵੀ ਪਏ ਆ, ਸਾਰਾ ਸਮਾਨ ਹੀ ਆ। ਇੱਕ ਤੁਹਾਨੂੰ ਨਿੱਕੀ ਚੀਜ਼ ਦਿਖਾਉਣਾ ਜੀ, ਵਾਂਗ ਪਈ ਆ ਛੋਟੀ ਜੀ, ਅਤੇ ਰੇਟ ਵੀ ਇਹਦਾ 315 ਰੁਪਈਏ ਹੈ, ਆ 510 ਰੁਪਏ। ਅਤੇ ਇਹ ਵਾਲੀ ਵਾਂਗ ਮੰਨ ਲਓ ਜਿੱਥੇ ਮਰਜ਼ੀ ਫਲੈਕਸੀਬਲ ਜੀ ਵਾਂਗ ਜਿੱਥੇ ਮਰਜ਼ੀ ਲਾ ਲਓ। ਆਹ ਸਮਾਨ ਆਪਾਂ ਲਿਆ ਜੀ, ਇਹਦਾ ਕਰਾ ਲਿਆ ਬਿੱਲ, ਅਤੇ ਚਲ ਬਈ ਫੌਜੀ ਚੱਲ ਗਏ ਆਪਾਂ ਘਰ ਨੂੰ ਹੁਣ। ਅਤੇ ਜਿਹੜੇ ਮੇਰੇ ਵੀਰ ਚੈਨਲ 'ਤੇ ਨਵੇਂ ਆਏ ਆ ਜੀ, ਉਹ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ, ਅਤੇ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ। ਇਹੋ ਜਿਹੇ ਕੰਮ ਕਰੀ ਜਾਂਦੇ, ਬਾਏ ਬਾਏ।